करो दीदी, आप दरबान को बोलिए तो मैं जाके ना उनके घर पे जाना। फाइनली उदय नाई किया अपना जो रिलेशन तो शुरू हुआ और ਬਹੁਤ ਵਧੀਆ ਨੇਚਰ ਹੈ ਉਹਦਾ ਐਂਡ ਫੈਮਿਲੀ ਚੈੱਕ ਬਹੁਤ ਵਧੀਆ ਐਡੀਸ਼ਨ ਹੋ ਐਂਡ ਸਾਰੇ ਨੂੰ ਖੁਸ਼ ਰੱਖੂ ਵੀ ਦਿਲ ਲਗਾ ਕੇ ਰੱਖੂ ਮੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ बिन नहीं लगता दिल मेरा ढोलना ਸ਼ਗਨ ਪਹਿਰੇ ਸੀ ਆਈ ਵਾਜ਼ ਅਬਾਊਟ ਟੂ ਕਰਾਈ ਹੈ ਨਾ ਅਤੇ ਮੈਂ ਆਪਣੇ ਵੀਰੇ ਨੂੰ ਦੇਖਿਆ ਮੇਰਾ ਵੀਰਾ ਵੀ ਰੋਣ ਵਾਲਾ ਸੀ ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਐਵੇਂ ਨੈਗਲੈਕਟ ਕੀਤਾ ਕਿ ਅਸੀਂ ਜਾਣਦੇ ਹੀ ਨਹੀਂ ਹੈ ਨਾ ਮਤਲਬ ਅਸੀਂ ਇੱਕ ਰੋਣਾ ਨਹੀਂ ਚਾਹੁੰਦੇ ਸੀ ਮੈਂ ਆਪਣੇ ਡੈਡੀ ਨੂੰ ਲਿਟਰਲੀ ਬਹੁਤ ਮਿਸ ਕਰਦੀ ਹਾਂ ਕੈਸੇ ਹੈ ਰੰਗ ਨੀ ਮੋਏ ਇਹ ਜ਼ਿੰਦਗੀ ਦੇ ਪੰਦ ਨੀ ਮਾਏ ਕੱਖੋਂ ਹੌਲੇ ਹੁੰਦੇ ਜਾਈਏ ਜਿਉਂ ਜਿਉਂ ਹੁੰਦੇ ਵੱਖ ਨੀ ਮਾਏ ਸਾਥੋਂ ਕਿਹੜਾ ਚਾਨਣ ਵੱਖਰਾ ਰਾਤਾਂ ਵੀ ਪਰ ਸੰਗ ਨੀ ਮਾਏ ਹੰਝੂ ਪੂੰਝ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਤੰਗ ਨੀ ਮਾਏ ਹੰਝੂ ਪੂੰਝ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਤੰਗ ਨੀ ਮਾਏ ਹੰਝੂ ਪੂੰਝ ਕੇ ਹੱਸਣ ਦਾ ਤੂੰ ਦੱਸ ਜਾ ਸਾਨੂੰ ਤੰਗ ਨੀ ਮਾਏ ਦੱਸ ਜਾ ਸਾਨੂੰ ਤੰਗ ਨੀ ਮਾਏ।
ਮੈਂ ਇੱਕ ਡਾਇਲੌਗ ਬੋਲਣਾ ਸੀ ਨਾ ਅਰ ਸੁਣ ਤਾ ਮੇਰਾ ਤੇ ਚਾਚ ਗਲਾ ਬਹਿ ਗਿਆ ਚਮਨ ਦੇ ਵਿਆਹ ਨੇ ਇੰਨਾ ਸਾਨੂੰ ਕੀ ਵਰਡ ਹੁੰਦਾ ਉਹ ਇੰਗਲਿਸ਼ ਬੋਲਾਂਗੇ ਪੰਜਾਬੀ ਉਹ ਮੱਲਾ ਪੰਜਾਬੀ ਚਮਨ ਦੇ ਵਿਆਹ ਦਾ ਇੰਨਾ ਚਾਅ ਚੜਿਆ ਸਾਨੂੰ ਕੱਲਾ ਕੱਲਾ ਮੈਂਬਰ ਬਿਮਾਰ ਹੋਇਆ ਕੱਲੇ ਕੱਲੇ ਦਾ ਗਲ ਖਰਾਬ ਹੋਇਆ ਨੱਚ ਨੱਚ ਕੇ ਕੁੱਕਾ ਮਾਰ ਮਾਰ ਕੇ ਨਾ ਕੱਲਾ ਕੱਲਾ ਦਵਾਈ ਡੈਡੀ ਕੱਲੇ ਕੱਲੇ ਨੂੰ ਦਵਾਈ ਦਵਾ ਕੇ ਪਰ ਰਿਸੈਪਸ਼ਨ ਤੱਕ ਆ ਕੇ ਸਾਰੇ ਠੀਕ ਹੋ ਗਏ ਅਤੇ ਇੰਨਾ ਮਜ਼ਾ ਕੀਤਾ ਅੱਜ ਰਿਸੈਪਸ਼ਨ 'ਤੇ ਅਤੇ ਚਮਨ ਐਂਡ ਹਰਦੀਪ ਨੂੰ ਵੈਰੀ ਵੈਰੀ ਕੰਗਰੈਚੁਲੇਸ਼ਨ ਅਤੇ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਹੁਣ ਮੈਂ ਇਹਨਾਂ ਨਾਲ ਲੜਿਆ ਕਰੀ ਹੁਣ ਹਰਦੀਪ ਨਾਲ ਹੁਣ ਹਰਦੀਪ ਨਾਲ ਲੜਨ ਦੀ ਵਾਰੀ ਆ ਗਈ Slide trying to